ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆ ਜਿਹੜੇ ਤੁਸੀਂ ਇੱਕ ਸਮਾਜ ਜਿਹੜੀ ਬਰਿਆਈ ਹੋਈ ਆ ਉਹਦੇ ਨਾਲ ਖੜੇ ਹੋ। ਇਹ ਕਿਸੇ ਦੀ ਵੀ ਧੀ ਆਪਣੀ ਵੀ ਸਾਡੀ ਪੁਲਿਸ ਵਾਲਿਆਂ ਦੀਆਂ ਵੀ ਤੁਹਾਡੀਆਂ ਵੀ ਸਾਰਿਆਂ ਦੀਆਂ ਬਾਜ਼ਾਰਾਂ 'ਚ ਜਾਂਦੀਆਂ, ਸਾਰੇ ਸਕੂਲਾਂ 'ਚ ਜਾਂਦੀਆਂ। ਜਿਹੜਾ ਕਾਂਡ ਹੋਇਆ ਬਹੁਤ ਮਾੜਾ ਹੋਇਆ, ਉਹ ਕਾਨੂੰਨ ਮੁਤਾਬਕ ਅਸੀਂ 376 AB ਪੋਸਕੋ ਐਕਟ 366 ਜਿੰਨੀਆਂ ਧਾਰਾ ਸੀਗੀਆਂ ਸਾਡੇ ਕੋਲ ਵਕੀਲਾਂ ਦਾ ਧੂਰੀ ਦੇ ਜਿਹੜੇ ਮੇਨ 5-7 ਵਕੀਲ ਸੀਗੇ ਉਹ ਆਏ ਸੀਗੇ। ਅਸੀਂ ਹੁਣ ਵੀ ਤੁਹਾਡੇ ਨਾਲ ਕਹਿੰਦੇ ਹਾਂ ਤੁਹਾਡਾ ਜਿਹੜਾ ਮਰਜ਼ੀ ਇੰਟੈਲੀਜੈਂਟ ਲੀਡਰ ਜਿਹੜਾ ਲਾ ਬਾਰੇ ਜਾਣਦਾ ਕਾਨੂੰਨ ਜੋ ਹਿੰਦੁਸਤਾਨ ਦਾ ਕਾਨੂੰਨ ਅਸੀਂ ਉਹਨੂੰ ਲਾਗੂ ਕਰਨਾ, ਜੋ ਪਾਰਲੀਮੈਂਟ ਨੇ ਕਾਨੂੰਨ ਬਣਾਇਆ ਹੋਇਆ ਉਹਦੇ ਮੁਤਾਬਕ ਜਿਹੜਾ ਡਰਾਈਵਰਾਂ ਨੂੰ ਫਾਂਸੀ ਦੀ ਸਜ਼ਾ ਉਹ ਸਜ਼ਾ ਤਾਂ ਹੋਊਗੀ ਜੇ ਤੁਸੀਂ ਸਾਨੂੰ ਕੋਪਰੇਟ ਕਰੋਗੇ। ਅਸੀਂ ਉਹਦੀ ਕੁੜੀ ਦੇ ਮਾਂ ਦੇ ਬਿਆਨ ਕਰਾਉਣੇ 164 ਦੇ, ਜਿਹੜਾ ਟਾਈਮ ਆਉਂਦਾ ਜਿੰਨਾ ਜਿੰਨਾ ਡਿਲੇ ਕਰੀ ਜਾਂਦੇ ਆ ਉਹਨਾਂ ਨੁਕਸਾਨਾਂ ਦਾ, ਉਹਨਾਂ ਦੇ ਘਰਦਿਆਂ ਦੇ ਕਰਾਉਣੇ, ਦੂਜੇ ਕਰਾਉਣੇ, ਉਹਨਾਂ ਦੇ ਘਰ ਦੇ ਸਰਟੀਫਾਈ ਆ ਦੂਜੇ ਆ, ਅਸੀਂ ਉਹਦੇ 164 ਦੇ ਬਿਆਨ ਕਰਾ ਦਾਂਗੇ, ਉਹ ਮੁੱਕਰ ਹੀ ਨਹੀਂ ਸਕਦੇ। ਉਹਨਾਂ ਦਾ ਕੋਈ ਪ੍ਰੈਸ਼ਰ ਹੀ ਨਹੀਂ ਰਹਿਣਾ, ਅਸੀਂ ਪ੍ਰੈਸ਼ਰ ਸਾਰਾ ਆਪ ਝੱਲਣ ਨੂੰ ਤਿਆਰ ਹੈ, ਸਾਡੇ 'ਤੇ ਕੋਈ ਪ੍ਰੈਸ਼ਰ ਨਹੀਂ ਗਾ। ਪਰ ਤੁਸੀਂ ਆਪਣੀ ਹਰਕ ਦੇ ਜਜ਼ਬਾਤ ਆ, ਜਜ਼ਬਾਤਾਂ ਦੇ ਇਹ ਕਦਰ ਕਰਦੇ ਹਾਂ ਜਿਹੜੇ ਬੱਚਿਆਂ ਦੇ ਨਾਲ ਛੋਟੀ ਬੱਚੀ ਨਾਲ ਹੋਇਆ ਆ, ਪਰ ਬਹੁਤ ਮਾੜੀ ਗੱਲ ਆ। ਪਰ ਕਿਉਂ ਹੋਇਆ ਇਹਦਾ ਕਾਰਨ ਵੀ ਸਾਡੇ ਵਿੱਚ ਹੀ ਆ, ਸਾਡੀ ਯੂਥ 'ਚ ਆ। ਇਹ ਬਾਬਾ ਜੀ ਜੋ ਕਹਿ ਰਹੇ ਆ ਅਸੀਂ ਗੁਰਬਾਣੀ ਬਾਰੇ ਜਾਂ ਜੋ ਮੁਸਲਮਾਨ ਵਾਲੇ ਮੁਸਲਮਾਨ ਧਰਮ ਬਾਰੇ, ਜੋ ਹਿੰਦੂ ਧਰਮ ਬੁੱਧ ਜਾਣੇ ਆ, ਉਹਦੇ ਮਾਂ ਬਾਪ ਦੀ ਅੱਖੇ ਲੱਗਣੋਂ ਹਟ ਗਈ। ਸਾਡੇ ਮਾਂ ਬਾਪ ਪਤਾ ਕਿਹੜੇ ਬਣ ਗਏ ਆ, ਆਹ ਮੋਬਾਈਲ ਬਣ ਗਏ ਆ। ਇਹਦਾ ਚਾਚਾ ਵੀ ਮੋਬਾਈਲ ਆ ਅਤੇ ਭੂਆ ਵੀ ਮੋਬਾਈਲ ਆਹ ਹੀ ਆ। ਇਹਦੇ 'ਚ ਅਫਵਾਹਾਂ ਜ਼ਿਆਦੀਆਂ, ਮਾੜੇ ਕੰਮ ਜ਼ਿਆਦੇ ਆ, ਚੰਗੀਆਂ ਚੀਜ਼ਾਂ ਘੱਟ ਆ। ਜਿਹੜੇ ਨਵੇਂ ਮੁੰਡੇ ਆ ਜਿਹੜਾ ਉਹ ਫੜਿਆ, ਮੈਂ ਜਿੰਨੇ ਵੀ ਇਹ ਛੋਟੀ ਉਮਰ ਦੇ ਬਲਾਤਕਾਰਾਂ ਦੀ ਤਫਤੀਸ਼ ਕੀਤੀ, ਇਹਦਾ ਵੀ ਇੰਟੈਰੋਗੇਟ ਕੀਤਾ, ਇਹ ਗੰਦੀਆਂ ਫਿਲਮਾਂ ਦੇਖਦੇ ਆ। ਉਹ ਤਾਂ 4 ਸਾਲ ਦੀ ਸੀ ਜੀ, ਨਹੀਂ ਕਰਦੇ ਨੇ ਜੀ, ਉਹਨਾਂ ਨੂੰ ਕਹਿ ਰਹੇ ਨੇ ਜੋ ਕਰਦੇ ਨੇ। ਜਿਹੜੀ ਚੀਜ਼ ਮਾੜੀ ਚੀਜ਼ ਦੇਖਦੇ ਹੋ ਨਾ, ਮਾੜਾ ਅੰਨ ਖਾਣਾ, ਮਾੜਾ ਦੇਖਣਾ, ਮਾੜਾ ਸੋਚਣਾ, ਉਹਦਾ ਅਸਰ ਮਾੜਾ ਹੀ ਹੁੰਦਾ। ਜੇ ਗੁਰੂ ਸਾਹਿਬ ਦੇ ਜਿਹੜੇ ਆਪਾਂ ਨੂੰ ਪਾਠ ਕਰਦੇ ਦੱਸਦੇ ਆ, ਇਹਦੇ ਵਿੱਚ ਬਹੁਤ ਚੀਜ਼ਾਂ ਆ। ਮਾਂ ਬਾਪ ਕਿਹੜੇ ਸਾਨੂੰ ਜਦੋਂ ਅਸੀਂ ਨਿੱਕੇ ਹੁੰਦੇ ਸੀਗੇ, ਜਿਹੜੀ 16-12 ਸਾਲ ਦੇ ਬੱਚੇ ਨੂੰ ਦੇਵੀ ਦਾ ਰੂਪ ਦਿੱਤਾ ਗਿਆ ਸੀ, ਉਹਨਾਂ ਮੈਂ ਮਲੇਰਕੋਟ ਲਿਆ, ਉਹਨਾਂ ਦੇ ਮਸਜਿਦ 'ਚ ਜਨਾਨੀ ਨੂੰ ਬਹਿਣ ਆ। ਪਰ 12 ਸਾਲ ਦੀ ਕੁੜੀ ਮਸਜਿਦ ਜਿੱਥੇ ਮਰਜ਼ੀ ਜਾ ਸਕਦੀ, ਉਹਨਾਂ ਨੇ ਵੀ ਇੱਕ ਦੇਵੀ ਦਾ ਰੂਪ ਦਿੱਤਾ ਹੋਇਆ। ਇੱਕ ਉਹਨੇ ਦੇਵੀ ਦੇ ਨਾਲ ਬਲਾਤਕਾਰ ਕੀਤਾ, ਉਹਦੀ ਫਾਂਸੀ ਦੀ ਸਜ਼ਾ ਦੁਨੀਆਂ 'ਚ ਇੱਕ ਹਿੰਦੁਸਤਾਨ ਆ ਜਿੱਥੇ ਫਾਂਸੀ ਦੀ ਸਜ਼ਾ ਹੁਣ 2 ਸਾਲ ਪਹਿਲਾਂ 2018 'ਚ ਕੀਤੀ ਗਈ। ਇਸ ਕਰਕੇ ਇਹਦੀ ਫਾਂਸੀ ਦੀ ਸਜ਼ਾ ਹੋਊਗੀ, ਪਰ ਜੋ ਸਾਡਾ ਕਾਨੂੰਨ ਆ ਉਹਨੂੰ ਸਜ਼ਾ ਤਾਂ ਜੇਲ੍ਹ ਦੇ ਅੰਦਰ ਹੀ ਹੋਣੀ ਆ। ਜੇ ਆਪਾਂ ਕਹਾਂ ਚੌਂਕ 'ਚ ਲਿਆ ਕੇ ਉਹ ਆਪਣੇ ਪੁਰਾਣੇ ਰਾਜੇ ਮਹਾਰਾਜੇ ਉਹ ਗਈਆਂ, ਹੁਣ ਆਪਾਂ ਲੋਕਤੰਤਰ 'ਚ ਹੈਗੇ ਹਾਂ। ਜੋ ਕਾਨੂੰਨ ਆ ਹਿੰਦੁਸਤਾਨ ਦਾ, ਜਿਹੜਾ ਮਰਜ਼ੀ ਮੇਰੇ ਕੋਲ ਆ ਕੇ ਬਹਿ ਜਾਓ ਕਿ ਆਹ ਚੀਜ਼ ਬਣਦੀ ਸੀ, ਉਹਨੂੰ ਕਰਨ ਨੂੰ ਤਿਆਰ। ਮੈਨੇਜਮੈਂਟ ਦੇ 4 ਬੰਦੇ ਫੜ ਲਏ ਆ, ਦੂਜਿਆਂ ਦੇ ਰੇਡ ਕੀਤੇ ਹੋਏ ਆ, ਸਕੂਲ ਬੰਦ ਕਰਾਤਾ, SDM ਸਾਨੂੰ ਬੁਲਾ ਲਿਆ, ਜਿਹੜੀਆਂ ਉਹਨਾਂ ਦੀਆਂ ਕਮੀਆਂ ਵੇਚੀਆਂ, ਤਾਂ ਕਿ ਜਿਹੜੇ ਸਾਨੂੰ ਪਰਿਵਾਰਾਂ ਨੇ ਦੱਸਿਆ ਸੀਗਾ ਕਿ CBI ਜਾ ਕਮੀ ਵੇਚੀਆਂ, ਉਹਨਾਂ ਬਾਰੇ ਉਹ SDM ਸਾਹਿਬ ਨੇ ਮੀਟਿੰਗ ਰੱਖ ਲਈ। ਪਰ ਇਹਦੇ ਬਾਰੇ ਸਾਨੂੰ ਟਾਈਮ ਦਿਓ, ਪਰ ਜਿਹੜੇ ਬੈਠੇ ਆ ਤੁਸੀਂ, ਅਸੀਂ ਡਿਊਟੀ ਮੈਂ ਤਾਂ ਕਰਨੀ ਆ, ਅਫਸਰਾਂ ਨੇ ਕਰਨੀ ਆ, ਤੁਸੀਂ ਕਰ ਲਈ, ਮਲੇਰਕੋਟ ਨੇ ਕਰ ਲਈ, ਅਸੀਂ ਤਾਂ ਚੌਂਕ 'ਚ ਖੜਨਾ ਹੀ ਆ ਕਿਤੇ ਨਾ ਕਿਤੇ। ਪਰ ਜਿਹੜੇ ਜਾਣ ਵਾਲੇ ਆ ਨਾ, ਉਹਨਾਂ 'ਚ ਕੁੜੀਆਂ ਨਾਲ ਬੈਠੀਆਂ,
ਜੇ ਆਪਣਾ ਦਰਦ ਹੋਵੇ ਨਾ, ਜਿਹੜੇ ਰਾਹ ਚ ਰੁਕੇ ਵੇ ਆਪਾਂ, ਉਹਨਾਂ ਦਾ ਵੀ ਦਰਦ ਸਮਝੋ। ਕਿਸੇ ਨੇ ਪਤਾ ਕਿੱਥੇ ਜਾਣਾ, ਕੋਈ ਬਿਮਾਰ ਆ, ਕਿਸੇ ਦਾ ਹਾਰਟ ਅਟੈਕ, ਕਿਸੇ ਦੀ ਮਾਂ ਮਰ ਗਈ, ਕਿਸੇ ਦਾ ਭਾਜ, ਕਿਸੇ ਨੇ ਪੇਪਰ ਦੇਣ ਜਾਣਾ, ਕਿਸੇ ਨੇ ਪਹੁੰਚਾਉਣਾ, ਤੇ ਆਪਣਾ ਪੀਸਫੁਲੀ ਆਪਣੇ ਨੂੰ, ਮੈਂ ਸਾਰਿਆਂ ਨੂੰ ਕਹਿੰਦਾ ਵੀ ਇਹਨੂੰ ਆਪਾਂ ਜਿਹੜਾ ਮਰਜ਼ੀ ਵਕੀਲ ਲੈ ਆਓ, ਹਾਈ ਕੋਰਟ ਦਾ, ਸੁਪਰੀਮ ਕੋਰਟ ਦਾ, ਜੋ ਧਾਰਾ ਬਣਦੀ ਅਸੀਂ ਉਹ ਲਾਤੀ ਆ, ਜਿਹੜੀ ਲੱਕੜੀ ਕਹਿੰਦੇ ਰਹਿ ਗਈ ਅਸੀਂ ਉਹ ਵੀ ਲਾਉਣ ਨੂੰ ਤਿਆਰ ਆ। 201 ਵੀ ਲਾਤੀ, ਮੋਸਕੋ ਐਕਟ ਵੀ ਲਾਤਾ, ਮੋਸਕੋ ਐਕਟ ਵੀ ਨਵਾਂ ਬਣਿਆ, ਕਿਉਂਕਿ ਜਿਉਂ ਜਿਉਂ ਜੁਰਮ ਵਧੀ ਜਾਂਦੇ ਆ, ਜਿਉਂ ਤਿਉਂ ਸਾਨੂੰ ਸਜਾਵਾਂ ਕਾਨੂੰਨ ਚ ਵਾਧਾ ਕਰਨਾ ਪੈ ਰਿਹਾ। ਪਹਿਲਾਂ ਕੱਲੀ 376 ਸੀ, ਹੁਣ ABCDF ਤੱਕ ਚਲਿਆ ਗਿਆ, ਕਿਉਂਕਿ ਜਿਉਂ ਜਿਉਂ ਸਾਡੀ ਜ਼ਮੀਨ ਵਰਦੀ ਜਾਂਦੀ ਆ, ਸਾਨੂੰ ਕਾਨੂੰਨ ਬਦਲਣਾ ਪੈ ਰਿਹਾ। ਪਰ ਉਹਦੇ ਲਈ ਸਾਨੂੰ ਕੋਪਰੇਟ ਕਰੋ। ਅਸੀਂ ਉਹ ਬੰਦਾ ਫੜ ਲਿਆ, ਉਹਨੇ ਇਕਵਾਲ ਕਰ ਲਿਆ, ਸਾਰੇ ਜੇਲ੍ਹ ਭੇਜਤਾ, ਸਾਨੂੰ ਇਹਦੀ ਤਫਤੀਸ਼ ਕਰਨ ਦਿਓ, ਜਿਹੜੇ ਬਾਕੀ ਬੰਦੇ ਫੜਨ ਵਾਲੇ ਰਹਿੰਦੇ ਉਹਨੂੰ ਫੜ ਦਿਓ, ਪੁਲਿਸ ਦਾ ਇਹ 'ਤੇ ਟਾਈਮ ਵੇਸਟ ਨਾ ਕਰੋ, ਕਿਉਂਕਿ ਹੋਰ ਪਾਸੇ ਵੀ ਲੋਕਾਂ ਦੇ, ਕਿਸੇ ਦੀ ਧੀ ਭੈਣ ਦਾ ਸਾਡੇ ਕੋਲ ਕੇ ਗਏ ਸੀਗੇ, ਮੇਰੀ ਕੁੜੀ ਛੱਡੀ ਵੀ ਆ, ਮੇਰਾ ਆਹ ਕਰਦਾ, ਅਸੀਂ ਇੱਥੇ ਬੈਠੇ ਹਾਂ, ਜਿਹਦੀ ਧੀ ਘਰੋਂ ਛੱਡੀ ਵੀ ਆ, ਉਹਨੂੰ ਕਿੰਨਾ ਔਖਾ ਆ, ਪਰ ਪੁਲਿਸ ਇੱਥੇ ਖੜੀ ਆ, ਅਸੀਂ ਤਾਂ ਇੱਥੇ ਖੜੇ ਨਹੀਂ, ਉਹ ਵਿਚਾਰੇ ਸਾਡੇ ਦਫ਼ਤਰਾਂ 'ਚ ਆ ਕੇ ਮੁੜ ਗਏ ਆ। ਕਾਨੂੰਨ ਹਿੰਦੁਸਤਾਨ ਦਾ ਹੀ ਕਾਨੂੰਨ, ਉਸ ਨੂੰ ਲਾਗੂ ਕਰਨਾ, ਨਹੀਂ ਕਾਨੂੰਨ ਸਜ਼ਾ ਹੋ ਗਈ ਆ, ਸਾਰਾ ਕੁਝ ਹੋ ਗਿਆ, ਪਰ ਜਿਹੜੀ ਆਪਾਂ ਜਿਹੜੇ ਆ ਰਿਸ਼ੀ ਮੁਨੀ ਆ, ਜਿਹੜੇ ਆਪਣੇ ਸਾਡੇ ਸਾਧੂ ਸੰਤ ਆ, ਇਹਨਾਂ ਦੇ ਮਗਰ ਤਾਂ ਲੱਗਣ ਨੂੰ ਤਿਆਰ ਨਹੀਂ। ਅਸੀਂ ਇਸ ਕਰਕੇ ਜਿਹੜਾ ਹੈ, ਅਸੀਂ ਇਹਦੀ ਸਜ਼ਾ ਜਿਹੜੀ ਆ, ਇਹਦੀ ਬਾਂਸੀ ਦੀ ਆ, ਇਹਨੂੰ ਬਾਂਸੀ ਹੋ, ਪਰ ਇਹਦੇ ਚ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ। ਇਹ ਕਰਕੇ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਆਪਦਾ ਪੀਸਫੁਲੀ ਆਪਦਾ ਇਹਨੂੰ ਧਰਨੇ ਨੂੰ ਕਰੋ, ਕਿਉਂਕਿ ਅਸੀਂ ਵੀ ਇੱਥੇ ਹਾਂ, ਤੁਸੀਂ ਵੀ ਇੱਥੇ ਹੀ ਆ। ਮੇਰੇ ਨਾਲ 30 ਸਾਲ ਦਾ ਵਾਹ ਹੈ, ਜਿਹੜੇ ਬੰਦਿਆਂ ਦਾ ਉਹਨਾਂ ਨੂੰ ਪਤਾ ਆ, ਮੈਂ ਸੰਗਰੂਰ ਦੇ ਪਟਿਆਲੀ ਨੌਕਰੀ ਕੀਤੀ ਹੈ, ਜਿਹੜਾ ਵਾਅਦਾ ਕੀਤਾ ਉਹਨੂੰ ਪੂਰਾ ਕਰਕੇ ਜਾਵਾਂ, ਅਸੀਂ ਫਿਰ ਚੌਂਕ 'ਚ ਇੱਥੇ ਹੀ ਮਿਲਾਂਗੇ ਤਾਂ, ਪਰ ਉਹ ਸਾਨੂੰ ਕੋਪਰੇਟ ਜ਼ਰੂਰ ਕਰੋ। ਬਰਾੜ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਜਿਹੜੀ ਸਕੂਲ ਦੀ ਮੈਨੇਜਮੈਂਟ ਹੈ ਜੀ, ਉਹਦੇ ਉੱਤੇ ਪੂਰੀ ਸਖ਼ਤ ਕਾਰਵਾਈ ਨਹੀਂ ਹੋਈ ਹੈਗੀ, ਉਹ ਮੰਨ ਲੈਂਦੇ ਆ ਵੀ ਉਹਦੀ ਮਾਨਤਾ ਜਿਹੜੀ ਰੱਦ ਹੋ ਜੂਗੀ, ਉਹਦੇ ਵਿੱਚ ਉਹ ਇਨਵੋਲਵ ਨੇ। ਹੁਣ ਇੱਕ ਸਾਡੇ ਕੋਲ ਵਕੀਲ ਆ ਰਿਹਾ 2 ਮਿੰਟ ਦੇ ਵਿੱਚ, ਥੋੜਾ ਜਿਹਾ ਜਿੱਥੇ ਇੰਨਾ ਟਾਈਮ ਲਾਇਆ ਤੁਸੀਂ, ਉਹ ਵੇਟ ਹੋਰ ਕਰੋ 2 ਮਿੰਟ। ਵਕੀਲ ਮੈਂ ਜਿਹੜਾ ਆਇਆ ਸੀਗਾ ਉਹਦੇ ਨਾਲ ਗੱਲ ਮੇਰੀ ਹੋ ਗਈ ਆ, ਜਿਹੜਾ ਵਕੀਲ ਮੇਰੇ ਕੋਲ ਆ ਕੇ ਆਹਮਣੇ ਸਾਹਮਣੇ ਗੱਲ ਕਰੋ, ਗੱਲ ਜਿਹੜੀ ਆ ਕਾਨੂੰਨ ਮੁਤਾਬਕ ਆਪਾਂ ਬਹਿ ਕੇ ਜਿਹੜੀ ਗੱਲ ਕਰਾਂਗੇ, 4 ਬੰਦਿਆਂ ਦੇ ਸਾਹਮਣੇ ਮੈਂ ਵਕੀਲ ਦੇ ਨਾਲ ਗੱਲ ਕਰਨ ਨੂੰ ਤਿਆਰ, ਪਰ ਜੋ ਦੁਨੀਆਂ ਦਾ ਆਪਣਾ ਹਿੰਦੁਸਤਾਨ ਦਾ ਕਾਨੂੰਨ ਅਸੀਂ ਉਹਨੂੰ ਲਾਗੂ ਕਰ। ਹੁਣ ਆਪਾਂ ਸਾਰੇ ਬੈਠੇ ਹਾਂ, ਜੇ ਇੱਕ ਬੰਦੇ ਨੇ ਇੱਥੇ ਕੋਈ ਹੁੱਲੜਬਾਜ਼ੀ ਕੀਤੀ ਹੈ ਜਾਂ ਕੁਛ ਕੀਤਾ ਕੁਛ ਕਰਦਾ ਆ, ਜ਼ਿੰਮੇਵਾਰ ਉਹਨਾਂ ਦਾ ਜਿੰਨਾ ਜਿਹਦਾ ਜਿੰਨਾ ਹੈਗਾ ਉਹਨੂੰ ਅਸੀਂ ਜ਼ਰੂਰ ਦੇਵਾਂਗੇ। ਜੇ ਕਿਸੇ ਨੇ ਖੋਹ ਕੀਤੀ ਆ, ਲੁੱਟ ਖੋਹ ਕੀਤੀ ਆ, ਅਸੀਂ ਉਹਦੀ ਮਾਂ ਨਹੀਂ ਅੰਦਰ ਦੇਣੀ, ਉਹਦੀ ਧੀ ਭੈਣ ਨਹੀਂ ਦੇਣੀ, ਜਿਹਨੇ ਕੀਤੀ ਆ ਅਸੀਂ ਜੁਰਮ ਕਿਸੇ ਦਾ ਵੀ ਧੀ ਪੁੱਤਰ ਨਿਕੰਮਾ ਨਿਕਲ ਸਕਦਾ, ਪਰ ਇਹ ਨਹੀਂ ਆ ਵੀ ਇਹਦੇ ਮਾਂ ਬਾਪ ਨੂੰ, ਉਹਦੇ ਚਾਚੇ ਤਾਏ ਭੂਆ ਮਾਸੀਆਂ ਸਾਰੇ। ਜੇ ਮੈਨੇਜਮੈਂਟ ਦੀ ਜਿੰਨੀ ਗਲਤੀ ਆ, ਜਿੰਨੀ ਉਹਨਾਂ ਦੀ ਗਲਤੀ ਆ ਕਾਨੂੰਨ ਮੁਤਾਬਕ, ਉਨੀ ਉਹਨਾਂ ਨੂੰ ਜੋ ਹਿੰਦੁਸਤਾਨ ਨੇ ਕਾਨੂੰਨ ਬਣਾਇਆ ਅਸੀਂ ਉਹ ਲਾਗੂ ਕਰਦੀ। ਸਿਆਣਾ ਬੰਦਾ ਜਿਹੜਾ ਇੱਕ ਹੁੰਦਾ ਆ, ਸਾਡੇ ਹਿੰਦੁਸਤਾਨ ਚ ਇੱਕੋ ਗੱਲ ਹੋ ਗਈ, ਅਸੀਂ ਕਿਸੇ ਨੂੰ ਆਪਦਾ ਲੀਡਰ ਗੁਰੂ ਮੰਨਣ ਨੂੰ ਤਿਆਰ ਨਹੀਂ।
ਕਿਸੇ ਨਾ ਕਿਸੇ ਦੇ ਤਾਂ ਸਾਨੂੰ ਤਵਾਰ ਕਰਨਾ ਪਊਗਾ ਸਮਾਜ ਦੇ ਜਿਉਣ ਲਈ। ਵੀ ਜੇ ਆਪਣਾ ਜਿਹੜਾ ਅਸੀਂ ਤੁਹਾਨੂੰ ਕਿਹਾ ਆਹਦੀ ਪੰਜ ਮੀਟਿੰਗ ਕਮੇਟੀ ਬਣਾ ਲਓ, ਦਸ ਮੀਟਿੰਗ ਬਣਾ ਲਓ, 15 ਬਣਾ ਲਓ, ਉਹ ਸਾਡੇ ਨਾਲ ਬਹਿ ਕੇ ਡਿਸਕਸ ਕਰ ਲਓ ਜਿਹੜੇ ਗੱਲ ਤੇ ਆ। ਕਿ ਤੁਸੀਂ ਆਪਦੇ ਵੱਲੋਂ ਜਿਹਨਾਂ ਘਰਦਿਆਂ ਨੂੰ ਕਹਿਤਾ, ਪਰਿਵਾਰ ਨੂੰ ਕਹਿਤਾ, ਵਕੀਲਾਂ ਨੂੰ ਕਹਿਤਾ ਕਿ ਸਰਕਾਰੀ ਵਕੀਲ ਲੈ ਉਹ ਸਾਡੇ ਕੋਲ, ਵਕੀਲ ਲਿਆਉਂਦਾ ਸੀ ਜਿਹੜਾ ਅੰਨੇ ਦਾ ਸਾਹਮਣੇ ਗੱਲ ਆ ਕੇ ਕਰੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜੇ ਇਹ ਬਰਾੜ ਸਾਹਿਬ ਨੇ ਇਹ ਪੰਜਾਬ ਦੇ ਵਿੱਚੋਂ ਗਿਣਤੀ ਦੇ ਅਫਸਰਾਂ 'ਚ ਆਉਂਦੇ ਨੇ, ਇਹਨਾਂ ਨੂੰ ਅਸੀਂ ਜਿਹੜੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਆ, ਅਸੀਂ ਪੰਜਾਬ ਦੇ 3% ਇਮਾਨਦਾਰ ਅਫਸਰ ਨੇ, ਇਹ ਉਹਨਾਂ 'ਚ ਆਉਂਦੇ ਆ। ਤੁਸੀਂ ਦੇਖੋ ਵੀ ਜੇ 100 ਦੇ ਵਿੱਚੋਂ 3 ਬੰਦੇ ਆਉਣਗੇ, ਜੇ ਸੰਗਰੂਰ ਜ਼ਿਲ੍ਹੇ ਦੀ ਪੁਲਿਸ ਦੇ ਵਿੱਚ 100 ਬੰਦਾ ਹੈ ਤਾਂ ਇਹ 3 ਬੰਦੇ ਇਮਾਨਦਾਰਾਂ ਅਤੇ ਨਾਈਸ ਪਰਸਨ 'ਚ ਆਉਣਗੇ ਵੀ ਹਾਂ ਇਹ ਬੰਦੇ ਆ। ਤੁਹਾਨੂੰ ਮੈਨੂੰ ਮਾਣ ਹੈ ਬਰਾੜ ਸਾਹਿਬ 'ਤੇ, ਮੈਂ ਇਹਨਾਂ ਨੂੰ ਬਹੁਤ ਤੋਂ ਜਾਣਦਾ, ਬਾਬਾ ਜੀ ਵੀ ਜਾਣਦੇ ਆ, ਸਰਦਾਰ ਅਮਰਜੀਤ ਸਿੰਘ ਸ਼ਾਹਪੁਰ ਖੜ੍ਹੇ ਨੇ ਸਰਪੰਚ ਸਾਹਿਬ, ਇਹ ਵੀ ਇਹਨਾਂ ਦੇ ਮਿੱਤਰ ਆ। ਸਾਨੂੰ ਪਤਾ ਵੀ ਬਰਾੜ ਸਾਹਿਬ ਨੇ ਜੋ ਗੱਲ ਕਹਿਤੀ ਅਤੇ ਇਹ ਕਰਨਗੇ। ਆਪਣੇ ਹਦੂਆ ਸਾਹਿਬ ਹੁਣੇ ਹੋ ਕੇ ਅੜਿਆ ਸੀਗਾ ਮਲੇਰਕੋਟਲੇ, ਉੱਥੇ ਸੀਗਾ, ਉੱਥੇ ਸਾਡੇ ਬੜਾ ਪ੍ਰੈਸ਼ਰ ਪਾਇਆ, ਭਾਈ ਜੀ ਦਾ ਕਸੂਰ ਸੀਗਾ ਇਹਦੇ ਪਰਚਾ ਦੇਤਾ, ਉਹਦੀ ਘਰਵਾਲੀ ਦਾ ਕਸੂਰ ਨਹੀਂ, ਕੋਈ ਕੁੜੀ ਦਾ ਕਸੂਰ ਨਹੀਂ, ਨਾ ਮੈਂ ਉਹਦੀ ਕੁੜੀ ਦੇ ਪਰਚਾ ਦਿੱਤਾ ਨਾ ਉਹਦੀ ਘਰਵਾਲੀ ਦੇ ਦਿੱਤਾ। ਜੇ ਭਾਈ ਜੀ ਨੇ ਕਸੂਰ ਆ ਉਹਦੇ ਪਰਚਾ ਦੇਤਾ, ਉਹਦੀ ਕੁੜੀ ਦਾ ਕੀ ਕਸੂਰ ਆ? ਜੇ ਉਹ ਪਰਿਵਾਰ ਦੇ ਨਾਲ ਰਹਿੰਦਾ ਆ, ਬਾਬੇ ਦਾ ਕਸੂਰ ਆ, ਉਹਨੇ ਸੁੱਕਾ ਸਣਾ ਉੱਤੇ ਨਹੀਂ ਰੱਖਿਆ ਸੀਗਾ, ਉਹਦੇ ਪਰਚਾ ਦੇਤਾ, ਜੋ ਧਾਰਾ ਬਣੇ ਹੋਏ ਦੇ ਦੀ ਵੀ ਗੱਲ ਤਾਂ ਵੀ ਹੁਣ ਆਪਾਂ ਉਹਦੀ ਕੁੜੀ ਨੂੰ ਫੜ ਕੇ ਅੰਦਰ ਦੇ ਦਿਓ, ਭਾਈ ਜੀ ਦਾ ਉਹਦੀ ਘਰਵਾਲੀ ਨੂੰ ਅੰਦਰ ਦੇ ਦਿਓ। ਬਰਾੜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਅਸੀਂ ਖੁਦ, ਮੈਂ ਤੇ ਅਮਰਜੀਤ ਸਿੰਘ ਬਾਦਸ਼ਾਹਪੁਰ, ਹਰਬੰਸ ਸਿੰਘ ਸਲੇਮਪੁਰ ਤੇ ਸੁਖਵਿੰਦਰ ਸਿੰਘ ਜੀ, ਅਸੀਂ ਖੁਦ ਬਰਾੜ ਸਾਹਿਬ ਕੋਲ ਬਹਿੰਦੇ ਹਾਂ, ਇਹ ਸਾਡੀ ਤਸੱਲੀ ਕਰਾਉਣਗੇ ਤਾਂ ਆਪਾਂ ਫਿਰ ਤੁਹਾਨੂੰ ਕਹਾਂਗੇ ਵੀ ਜਾਓ। ਅਸੀਂ ਆਪ 5 ਬੰਦੇ ਬਰਾੜ ਸਾਹਿਬ ਕੋਲ, ਇਹਨਾਂ ਦੀ ਪੁਲਿਸ ਟੀਮ ਕੋਲ ਬੈਠਾਂਗੇ। ਜੇ ਆਪਾਂ ਸੈਟਿਸਫਾਈ ਹੁੰਦੇ ਹਾਂ ਇਸ ਸਕੂਲ ਦੀ ਜਿਹੜੀ ਮੈਨੇਜਮੈਂਟ ਹੈ ਉਹ ਕਸੂਰਵਾਰ ਹੈ ਅਤੇ ਉਹਨਾਂ ਨੂੰ ਵੀ ਵਿੱਚ ਲਿਆ ਗਿਆ ਹੈ, ਤਾਂ ਜ਼ਰੂਰ ਆਪਾਂ ਇਹ ਜਿਹੜਾ ਧਰਨਾ ਚੱਕ ਦਿਆਂਗੇ। ਅਸੀਂ ਹਰਾਸਮੈਂਟ ਨਹੀਂ ਕਰਨਾ ਬਹੁਤਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਸਾਰਿਆਂ ਦੀ ਗੱਲ ਸੁਣੀ ਜਾਊਗੀ। ਧੋਖਾ ਹੋਇਆ, ਕਿਸੇ ਨੇ ਕਿਸੇ ਨੇ ਜਾਣਾ, ਧੋਖਾ ਹੋਇਆ, ਧੋਖਾ ਹੋਇਆ, ਧੋਖਾ ਹੋਇਆ। ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ